हाँ जी मित्र प्यारे, वेलकम टू माई चैनल। आप अज नवे ब्लॉक का शुरुआत करते हैं। चैनल का नाम है GS007। सत श्रीकाल सारयां नूं, लाइक एंड शेयर सबसक्राइब। आपां नवे ब्लॉक की शुरुआत करते हैं, देखी जायो। थैंक्स फॉर वॉचिंग। दिखाने तुहानूं डैडी की देखते हैं। चलो ठीक, कमाई कर देने है तो जाली भी आ खून नहीं निकलता। देखो कड़ी थले स्टेज आ, पुली जी देखी कदों थले जंप मारदी आ, खड़का भी ताही होंदा हुंदा है। बापू मानदा नहीं, कहिंदा जाली है, जाली नहीं है, कहिंदा असली आ। ਗਾੜੀ ਕਿੱਥੇ ਅਸਲੀ ਰੈਸਲਿੰਗ ਆ ਯਾਰ, ਉਹ ਕਿੱਥੇ ਉਹ ਦੇਖ ਹੁਣ ਕਿਵੇਂ ਕੁੱਟਦਾ, ਫੜ ਕੇ ਉਹ ਚੌਕੇ ਥੱਲੇ ਮਾਰਦੇ ਆ, ਕੋਈ ਹੱਡੀ ਪਸਲੀ ਤਾਂ ਟੁੱਟਦੀ ਨਹੀਂ ਇਹਨਾਂ ਦੇ। ਤੂੰ ਜਾ ਕੇ ਆਪਾਂ ਇੱਕ ਵਾਰ ਡੱਬੀਏ ਦੇਖ ਉਹ ਕਿਵੇਂ ਉਹਦੇ ਡੰਡ ਕੱਢਾ ਲਾਗੇ। ਹਾਂ ਇਹ ਜਾਲੀ ਨਹੀਂ, ਦੱਸਾਂ ਗੱਲ ਕੀ ਆ। ਹਾਂ ਇਹਨਾਂ ਨੇ ਉਹ ਚ ਕੁੱਟ ਖਾ ਖਾ ਕੇ ਸਰੀਰ ਬਣਾਏ ਹੋਏ। ਹੈਂ ਸਰੀਰ ਬਣਾਏ ਹੋਏ ਆ। ਨਹੀਂ ਯਾਰ ਉਹ ਮੈਂ ਕਹਿੰਦਾ ਨਹੀਂ, ਜਾਲੀ ਯਾਰ ਕੋਲ ਗੱਲੀ ਆ ਲੜੀ ਯਾਰ, ਖੂਨ ਤਾਂ ਨਿਕਲਿਆ, ਇਹ ਬੂੰਦ ਖੂਨ ਨਹੀਂ ਨਿਕਲਦਾ, ਨਿਕਲਣੀ ਮੁੱਕੀ ਆ ਕੀ ਮਾਨੇ ਯਾਦ ਕਰਨੇ ਹੋਵੇ। ਸਾਡਾ ਬਾਪੂ ਨੀ ਮੰਨਦਾ ਕਿ ਜਾਲੀ ਆ, ਚੌਕੇ ਮਾਰਨ ਥੱਲੇ ਉਹਦਾ ਕੋਈ ਹੱਡ ਪਸਲੀ, ਦੇਖੋ ਕਿਵੇਂ ਹੌਲੀ ਪਿਆਰ ਨਾਲ ਰੱਖਿਆ ਉਹਨੇ ਥੱਲੇ, ਫਿਰ ਅੰਦਰ ਆ ਗਿਆ। ਉਹ ਜਾਲੀ ਕੰਮ ਆ ਜੀ, ਇੱਕ ਹੋਰ ਆ ਗਿਆ। ਉਹ ਤਾਂ ਐਵੇਂ ਪਖੰਡ ਨੇ ਪੈਸੇ ਪਾਉਂਦੇ ਢੰਗ ਨੇ ਇਹਨਾਂ ਦੇ। ਖੂਨ ਝਰੀਟ ਵੀ ਨੀ ਆਈ, ਦੇਖ ਲੈ ਝਰੀਟ ਨਹੀਂ, ਦੇਖ ਪਖੰਡ ਕਰਦੇ, ਦੇਖ ਮੁੱਕਾ ਦੇਖ ਮੁੱਕਾ, ਉਹ ਮੁੱਕੇ ਹੀ ਉਹ ਹਿਸਾਬ ਨਾਲ ਮਾਰਦੇ, ਮਹਿਸੂਸ ਨੀ ਹੁੰਦਾ ਗਾ। ਮਹਿਸੂਸ ਤੈਨੂੰ ਦਿਖਾ ਦੂੰਗਾ, ਬੰਦੇ ਛਾਤੀ ਚ ਮਾਰਿਆ, ਸਾਹ ਬੰਦ ਹੋ ਜਾਂਦਾ, ਦੇਖੀ ਓਹਦੇ ਮਾਰਿਆ ਛਾਤੀ ਜਾ ਫੜੀ ਮੂੰਹ ਬੈਠਾ, ਜਾਲੀ ਵੀ ਆਹ ਦੇਖਦਾ ਇਹਦਾ ਬੜਾ ਪਖੰਡਾ ਡੈਡੀ ਯਾਰ, ਜਾਲੀ ਆ ਤਾਂ ਮਨ ਚਾਹੇ ਨਾ ਮਨ ਡੈਡੀ ਜਾਲੀ ਆ। ਉਹ ਦੇਖ ਬਾਪੂ ਸਾਡਾ ਨਹੀਂ ਮੰਨਦਾ ਹੈਗਾ। ਵੈਸੇ ਬਾਪੂ ਬਲੌਗ ਬਹੁਤ ਦੇਖਦਾ ਅੱਜ ਕੱਲ੍ਹ, ਆਹ ਪਤਾ ਨਹੀਂ ਟਰੱਕਾਂ ਵਾਲਾ ਬਲੌਗ ਲਾਈ ਬੈਠਾ। ਦੇਖੋ ਪੀਟਰ ਬੈਲਟ ਵਾਲਾ ਦੇਖਦਾ ਡੈਡੀ, ਪੀਟਰ ਬੈਲਟ ਵਾਲਾ ਬਲੌਗ ਅੱਜ ਕੱਲ੍ਹ। ਹਾਂ ਇਹ ਟਰੱਕ ਬੜਾ ਘੈਂਟ ਹੈ ਨਾ, ਇੰਡੀਆ 'ਚ ਆ ਜਾਵੇ ਗੱਲਬਾਤ ਬਣ ਜੂ, ਮੁੜੇ ਨਹੀਂ ਕਰਨਾ ਆਪਣੇ ਨਾ, ਆਪਣੇ ਮੁੜਨੇ ਨਹੀਂ ਹੈਗੇ, ਪਿੰਡ ਪਿੰਡ 'ਚ ਫਸ ਜੂ ਕਿਤੇ। ਹੈਂ ਹਾਂਜੀ ਬਰੋ ਕਿੱਦਾਂ,
ਵਧੀਆ ਜੀ ਵਧੀਆ ਤੁਸੀਂ ਸੁਣਾਓ ਕਿਵੇਂ ਆ ਹਾਂਜੀ ਹਾਂਜੀ ਟਾਈਮ ਪੂਰੇ ਕਿਤੇ ਇਹ ਫਿਰ ਆਉਣਾ ਚਲੋ ਚਲੋ ਆਪਣਾ ਗੱਡੀ ਚੱਪੇ ਚੱਲ ਆਪਾਂ ਫਿਰ ਗੱਡੀ ਧਵਾ ਤੂੰ ਲਈ ਜੀ ਗੇੜਾ ਬੜਾ ਕੱਟ ਕੇ ਆਉਣੇ ਨਾਲ ਬਾਪੂ ਸੀ ਟੀਵੀ ਦੇਖਣ ਲੱਗੇ ਹੋਏ ਹੋਰ ਮਿੱਤਰ ਪਿਆਰੇ ਹੋ ਠੀਕ ਠਾਕ ਫੋਟੋ ਪਾ ਕੇ ਆ ਜੀ ਇਹਦੀ ਫੋਟੋ ਪਾਇਆ ਪਾਇਆ ਹੁਣ ਟਰਨ ਕਰਦੇ ਯਾਰ ਬੜਾ ਚੱਕਰ ਆ ਯਾਰ ਕੁਆੜ ਆ ਗਿਆ ਕੁਆੜ ਡਰੋਨ ਮੰਗਵਾਇਆ ਸੀਗਾ ਹੈ ਤਾਂ ਚਲੋ ਸਸਤਾ ਸੀਗਾ ਉਹ ਕੁਆੜ ਨਿਕਲਿਆ ਮੁੜ ਕੇ ਵਧੀਆ ਮੰਗਾਵਾਂਗੇ ਯਾਰ ਹਾਂਜੀ ਮੈਂ ਹੁਣ ਜੀ ਆ ਗਏ ਬੜੇ ਦਿਨਾਂ ਬਾਅਦ ਦੇਖੇ ਕਿੱਥੇ ਸੀਗੇ ਉਹ ਬਾਹਲੀ ਕਮਜ਼ੋਰ ਹੋ ਗਈ ਯਾਰ ਬੇਬੀ ਆਜਾ ਆਜਾ ਤੈਨੂੰ ਪਾਈਏ ਕੋਈ ਖਾਣ ਨੂੰ ਯਾਰ ਆਜਾ ਚੱਲ ਆਜਾ 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 ਇਹ ਕਮਜ਼ੋਰ ਬੜੀ ਹੋਈ ਯਾਰ ਸਮਝ ਤੋਂ ਬਾਹਰ ਇੰਨੀ ਕਮਜ਼ੋਰ ਕਿਵੇਂ ਹੋਊਗੀ ਦੁੱਧ ਦੁੱਧ ਪਿਆਉਂਦੀ ਆ ਬੱਚਿਆਂ ਨੂੰ ਲੱਗਦਾ ਬੱਚੇ ਪਤਾ ਨਹੀਂ ਕਿਤੇ ਛਿੱਟੇ ਖਾ ਲਾ ਨਾ ਖਾ ਮੇਰੇ ਤਾਂ ਕੰਮ ਫਿਰ ਹੋਰ ਪਤਾ ਨਹੀਂ ਚਲੋ ਮਿੱਤਰ ਪਿਆਰਿਓ ਆਪਣੀ ਵੱਡੀ ਤੁਹਾਨੂੰ ਬਾਹਲੀ ਲਿਬੜੀ ਹੋਈ ਆ ਬਾਹਲੀ ਗੰਦੀ ਹੋਈ ਇਹਨੂੰ ਧਵਾ ਕੇ ਲੈਕੁੰਦੇ ਹਾਂ ਬੜਾ ਬੁਰਾ ਹਾਲ ਹੋਇਆ ਪਿਆ ਵਿਚਾਰੀ ਦਾ ਗੱਡੀ ਵੀ ਧਵਾ ਦਾਂਗੇ ਨਾਲੇ ਚਲੋ ਨਾਲੇ ਆਪਣਾ ਬਲੌਗ ਬਣ ਜੂਗਾ ਚੰਦਰ ਆ ਸੀਗਾ ਨਾਲ ਚਾਚਾਈ ਦਾ ਬੇਟਾ ਆਇਆ ਹੋਇਆ ਵਾ ਵਿਹਲਾ ਸੀ ਉਹ ਵੀ ਅੱਜ ਚੱਲ ਚੱਲੀਏ ਫਿਰ ਆਪਾਂ ਫਿਰ ਦੋ ਤਾਂ ਦੋ 11 ਹੁੰਦੇ ਨੇ ਸਿਆਣੇ ਕਹਿੰਦੇ ਨਾਲੇ ਚਲ ਮੇਰਾ ਵੀ ਟਾਈਮ ਪਾਸ ਹੋ ਜੂ ਇਕੱਲਾ ਹੈਗਾ ਮੈਂ ਵੀ ਚੱਲ ਵੀ ਚੱਲ ਆਪਣੀ ਵੱਡੀ ਤੁਹਾਨੂੰ ਚਲੋ ਗੱਡੀ 'ਚ ਬਹਿੰਦੇ ਆਪਾਂ ਹੁਣ ਧੁੱਪ ਹੋਵਾ ਕਿਹੜੀ ਜੀ ਆ ਦਿਨ ਗਰਮ ਆ ਪੂਰਾ ਜਾਂ ਚੱਲ ਮੇਰੇ ਭਾਈ ਮਿੱਤਰ ਪਿਆਰੇ ਗੱਡੀਆਂ ਧੋ ਰਹੀਆਂ ਆਪਣਾ ਭਾਈ ਸੋਨੂ ਕੰਗੂੜਾ ਗੱਡੀ ਧੋਣ ਆਇਆ ਸੀਗਾ ਆਪਾਂ ਵੀ ਇੱਥੇ ਮਿਲ ਗਏ ਬਾਈ ਨੂੰ ਮਿਲਾਉਂਦੇ ਹਾਂ ਤੁਹਾਨੂੰ ਉਹਨਾਂ ਨਾਲ ਆਹ ਕੰਗੂੜਾ ਸਾਹਿਬ ਖੜ੍ਹੇ ਸਾਡੇ ਕੋਲ ਅੱਜ ਆਪਾਂ ਆਪਾਂ ਨੂੰ ਮਿਲੇ ਗੱਡੀ ਧੋਣ ਆਏ ਸੀਗੇ ਇੱਥੇ ਹੋਰ ਵੀਰੇ ਠੀਕ ਠਾਕ ਹਾਂ ਵਧੀਆ ਵੀਰੇ ਤੂੰ ਦੱਸ ਕੀ ਕਰਦੇ ਨੇ ਅੱਜ ਕੱਲ੍ਹ ਹਾਂ ਖੇਤੀਬਾੜੀ ਅਤੇ ਬਾਕੀ ਚਾਚਾ ਬਾਹਰੋਂ ਆਇਆ ਹੋਇਆ ਉਹਨਾਂ ਘੁੰਮਣਾ ਪੈਂਦਾ ਵਿਹਲੇ ਆ ਜ਼ਮੀਨਾਂ ਵਾਹ ਕੇ ਰੱਖੀਆਂ ਹੋਈਆਂ ਨੇ ਫਿਰ ਉਹਨੇ ਲੱਗ ਜਾਣਾ ਝੋਨੇ ਨੂੰ 10 ਤਰੀਕ ਤੋਂ ਚਾਰ ਪੰਜ ਕਿਸਮਾਂ ਬੀਜਾਂਗੇ ਚਲੋ ਹੋਰ ਤੂੰ ਦੱਸ ਤੂੰ ਖੇਤੀਬਾੜੀ ਆਪਾਂ ਨਵਾਂ ਚੱਲ ਉਹਨਾਂ ਆਇਆ ਹਾਂ ਵੀਰੇ ਕਰਾਂਗੇ ਸਾਰੀ ਸਪੋਰਟ ਕਰਾਂਗੇ ਵਿਹਲੇ ਬਸ ਗੱਡੀ ਤੋਂ ਆਉਣਾ ਜਲ ਤੇਰੇ ਨੂੰ ਵਿਹਲੇ ਸੀਗੇ ਮੈਂ ਚੱਲ ਗੱਡੀ ਉੱਡੀ ਕਰੀਏ ਉਹਨੇ ਠੀਕ ਆ ਜੀ ਗੱਡੀ ਧੋਂਦੇ ਆ ਨਾ ਵਾਈਟ ਕਰਤੀ ਗੱਡੀ ਪੂਰੀ ਵਾਈਟ ਬਲੈਕ ਐਂਡ ਵਾਈਟ ਡਰਾਈਵਰ ਜਿਹਾ ਆਇਆ ਸੀਗਾ ਸੁੰਦਰ ਨੂੰ ਕਹੀ ਡਰਾਈਵਰ ਦੇਖੀ ਉੱਥੇ ਕੋਈ ਅੱਛਾ ਕੱਦੂ ਕਰਨ ਵਾਸਤੇ ਉਹ ਕਹਿੰਦਾ ਜਿਹਨੂੰ ਮਰਜ਼ੀ ਪੁੱਛ ਲਓ ਏਰੀਏ 'ਚ ਅੱਛਾ ਸਾਰਿਆਂ ਦਾ ਕੱਦੂ ਮੈਂ ਕੀਤਾ ਹੋਇਆ ਅੱਛਾ ਰੈਡੀ ਬਰੋ ਚਲੋ ਫਿਰ ਚਲੋ ਬਾਈ ਜੋ ਨਹੀਂ ਅੰਦਰ ਵੀ ਕੋਟਿੰਗ ਕੋਟਿੰਗ ਚੱਲਦੀ ਹੈ ਪੂਰੀ ਪੂਰੀ ਐਨ ਗੱਡੀ ਪੂਰੀ ਚਮਕਾਤੀ ਕਰਤੀ ਡਰੈਕਲਿੰਗ ਆਪਣੇ ਹੋ ਗਈ ਵੈਕਿਊਮ ਓਕੇ ਚਲੋ ਕੱਢ ਲਿਆ ਫਿਰ ਆਪਣੀ ਵੱਡੀ ਧੁੰਨ ਹੋ ਗਈ ਰੈਡੀ ਧੋਤੀ ਕੇ ਇਹ ਹੈਗਾ ਜੀ ਏਰੀਆ ਸੌਫ ਸਿਟੀ ਬਾਈ ਦਾ ਦੁਕਾਨ ਦਾ ਨਾਂ ਹੈਗਾ ਕਾਰ ਸਪਾ ਉੱਪਰ ਰਹਿਣ ਨੂੰ ਬਣਾਈ ਜਾਂਦੇ ਨੇ ਬਾਈ ਉਹਨੇ ਇੱਧਰ ਦੇਖੋ ਤੁਸੀਂ ਵਿਊ ਤੋੜ ਦਾ ਕਿੰਨਾ ਸੋਹਣਾ ਪੂਰਾ ਗਰੀਨਰੀ ਆ ਇਹ ਧੋਤੀ ਗਈ ਆਪਣੀ ਬੜੀ ਘੈਂਟ ਲੱਗ ਰਹੀ ਆ
ਧੋਤੀ ਹੋਈ ਚੀਜ਼ ਵਧੀਆ ਲੱਗਦੀ ਆ ਉਹਨਾਂ ਗੱਲਾਂ ਕਰਨਾ ਵੱਡੀ ਤੁਹਾਨੂੰ ਆਪਣੀ ਚਲੋ ਅੱਗੇ ਪ੍ਰੋਗਰਾਮ ਬਣਾਉ ਚਲੋ ਆਪਾਂ ਐਂ ਕਰਦੇ ਹਾਂ ਗੱਡੀ ਵੱਡੀ ਖੜਾ ਦਿੰਦੇ ਹਾਂ ਆਪਾਂ ਚੱਲਦੇ ਹਾਂ ਸ਼ਹਿਰ ਨਾਲੇ ਆਪਾਂ ਇੱਕ ਸਪੈਸ਼ਲ ਵੀਡੀਓ ਨੂੰ ਮਾਰ ਕੇ ਫੋਨ ਦੇਖ ਆਉਂਦੇ ਹਾਂ ਮਾਈਕ ਮੂਇਕ ਦੇਖ ਆਉਂਦੇ ਹਾਂ ਹੈਂ ਸਾਡੇ ਬਾਪੂ ਜੀ ਦੇਖੋ ਕੀ ਦੇਖਣ ਲੱਗੇ ਨੇ ਰੈਸਲਿੰਗ ਕੀ ਦੇਖਦੇ ਡੈਡੀ ਦੇਖ ਲਾ ਰੈਸਲਿੰਗ ਦੇਖਦਾ ਨਕਲੀ ਇਹ ਨਕਲੀ ਰੈਸਲਿੰਗ ਹੈ ਨਕਲੀ ਹਾਂਜੀ ਵੀਰੇ ਅੱਜ ਫੋਨ ਲੈਣ ਚੱਲੇ ਹੁਣ ਲਿਆਉਂਦੇ ਹਾਂ ਵੀ ਲਿਆਉਂਦੇ ਆਪਾਂ ਤੇਲ ਪਾਣੀ ਜਿਹਾ ਬਣਾਇਆ ਇਹਦੇ ਵਿੱਚ ਇਹ ਭੁੱਖੀ ਹੈ ਵਿਚਾਰੀ ਇਹਦੇ ਵਿੱਚ ਕਰਦੇ ਆਉਣਾ ਮੇਰੇ ਕੋਲ ਉਹ ਵੀ ਤੇਲ ਦੀ ਟੈਂਕੀ ਭਰਾ ਰਹੇ ਹਾਂ ਗੱਡੀ ਦੀ ਕੀ ਟੈਂਕੀ ਬਸ ਬਹੁਤ ਆ 60 ਲੀਟਰ ਕਰਦੇ ਪੂਰਾ ਚੱਲ ਬਾ 53 ਇੱਥੇ ਕੀ ਜਾਣਾ ਆਪਾਂ ਬੋਕਸਿੰਗ ਹੋ ਜਾਵੇ ਹਾਂ ਬਹੁਤ ਚਲੋ ਲਾ ਕੇ ਦੇਖਦੇ ਹਾਂ ਦੱਸਦੇ ਹਾਂ ਪਾਲਟੀ ਹੋ ਗਈ ਮੋਟਾ ਟਿਕਾ ਲੱਗ ਗਿਆ ਕਰਕੇ ਪੈਸੇ ਖਰਚੇ ਆ ਲਾਈਕ ਸਬਸਕ੍ਰਾਈਬ ਹੋਰ ਇਸ ਮਾਰਕੀਟ ਆਏ ਹੋਏ ਅੱਜ ਦੇਖੋ ਬ੍ਰੋ ਚਲੋ ਬ੍ਰੋ ਆਹ ਦਰਸ਼ਨ ਕਰੋ ਕਿਸ ਮਾਰਕੀਟ ਦੇ ਅੱਜ ਬਹੁਤ ਗੇੜੇ ਮਾਰੇ ਆ ਇੱਥੇ ਕਿਸ ਮਾਰਕੀਟ ਦਾ ਸਨ ਵਿਊ ਖਾ ਗਈ ਨਾ ਹੈ ਸਾਰਾ ਕਰਾਊਡ ਤੋਂ ਸਨ ਵਿਊ ਜਾਣ ਸਨ ਵਿਊ ਜਾਣ ਲੱਗਿਆ ਚੱਲੀਏ ਫਿਰ ਫੋਨ ਲੈ ਲੈ ਵੀਰੇ ਫਿਰ ਨਵਾਂ ਆ 14 ਪ੍ਰੋ ਕੰਗ੍ਰੈਚੁਲੇਸ਼ਨ ਥੈਂਕ ਯੂ ਬ੍ਰੋ ਤੇਰੀ ਤੇਰੀ ਕਿਰਪਾ ਹੀ ਅਗਲੇ ਤੋਂ ਨਾ ਆਉਂਦਾ ਅੱਜ ਅੱਜ ਲੈਣਾ ਨਹੀਂ ਪਹਿਲੀ ਵਾਰ ਆਪਣਾ ਫੋਨ ਦਿੱਤਾ ਜ਼ਿੰਦਗੀ 'ਚ ਸਾਰਿਆਂ ਨੂੰ ਮਹਿੰਗਾ ਫੋਨ ਪਹਿਲੇ ਦਿਨ ਜ਼ਿੰਦਗੀ 'ਚ ਪਹਿਲੀ ਵਾਰ ਅੱਜ ਫੋਨ ਇੰਨਾ ਮਹਿੰਗਾ ਦਿੱਤਾ ਮੈਂ ਪਹਿਲਾ ਐਪਲ ਫੋਨ ਮੇਰਾ ਜ਼ਿੰਦਗੀ 'ਚ ਮੈਂ ਪਸੰਦ ਨਹੀਂ ਕਰਦਾ ਸੀਗਾ ਯੂਟਿਊਬ ਦੇ ਚੱਕਰ 'ਚ ਵੀਡੀਓ ਬਣਾਉਣ ਦੇ ਚੱਕਰ 'ਚ ਆਪਾਂ ਅੱਜ ਕੌੜਾ ਕੁੱਟ ਭਰ ਲਿਆ ਮੈਂ ਸ਼ੁਕਰੀਆ ਸ਼ੁਕਰੀਆ ਚਲੋ ਆਪਾਂ ਮਿਲਦੇ ਹਾਂ ਫਿਰ ਘਰ ਜਾ ਕੇ ਨਾਲੇ ਦੱਸਦੇ ਹਾਂ ਆਈਫੋਨ ਦੇ
ਮਿੱਤਰੋ ਪਹੁੰਚ ਗਏ ਘਰੇ। ਹਾਂਜੀ ਮਿੱਤਰੋ ਅੱਜ ਦਾ ਬਲੌਗ ਇੱਥੇ ਐਂਡ ਆ। ਹਾਂਜੀ ਵਾਚ ਐਂਡ ਲਾਈਕ ਸ਼ੇਅਰ ਸਬਸਕ੍ਰਾਈਬ। ਕੱਲ ਤੋਂ ਬਲੌਗ ਨਵੇਂ ਫੋਨ ਤੇ ਆ ਗਏ ਨੇ। ਫੋਨ ਤੇ ਆਈਫੋਨ ਲਿਆਂਦਾ ਆਪਾਂ 14 ਪ੍ਰੋ, ਬਸ ਕੱਲ ਤੋਂ ਦੇਖਿਓ ਤੁਸੀਂ। ਧੰਨਵਾਦ, ਕੁਆਲਿਟੀ ਚੇਂਜ ਹੋ ਜੂ, ਕਿਰਪਾ ਰੱਖੋ, ਬਸ ਲਾਈਕ ਐਂਡ ਸ਼ੇਅਰ ਕਰੀ ਜਾਓ, ਆਪਾਂ ਅਪਡੇਟ ਆਪਾਂ ਵੀ ਹੋਈ ਜਾਵਾਂਗੇ ਨਾਲ ਦੀ ਨਾਲ। ਧੰਨਵਾਦ ਫੋਰ ਵਾਚਿੰਗ, ਥੈਂਕ ਯੂ, ਕੱਲ੍ਹ ਨੂੰ ਮਿਲਦੇ ਹਾਂ।